ਵਿਆਹ ਹੋਇਆ ਸੀ ਸ਼ਾਦੀ ਹੋਈ ਸੀ ਉੱਥੇ ਹਾਂ ਪਿੰਡਿਆ ਸੀ ਹੋਈ ਅੱਛਾ ਤੇ ਉੱਥੇ ਬੱਚੇ ਕਿੰਨੇ ਸੀ ਤੁਹਾਡੇ ਉਦੋਂ ਬੱਚੇ ਤਾਂ ਬਾਬਾ ਅੱਲਾ ਦਿੱਤਿਆ ਚਾਰ ਅੱਛਾ ਤਿੰਨ ਅੱਲਾ ਲਾਇ ਲਾਇ ਇੱਕ ਦੋ ਦੋ ਸਾਲਾਂ ਦੇ ਤਿੰਨਾਂ ਤਿੰਨਾਂ ਦੇ ਹੋਦੇ ਅੱਛਾ ਤੇ ਲੈਲਾ ਕੀ ਕਰਦਾ ਹੈ ਲੈਲਾ ਵੀ ਬਾਬਾ ਪਿਆਰ ਕਰਦਾ ਤੇਰੇ ਨਾਲ ਤੇ ਤੁਹਾਡਾ ਨਹੀਂ ਦਿਲ ਕਰਦਾ ਵੀ ਉਹ ਟੋਬਾ ਜਾ ਕੇ ਦੇਖੋ ਜਿੱਥੇ ਸ਼ਾਦੀ ਹੋਈ ਜਿੱਥੇ ਤੁਸੀਂ ਜਵਾਨੀ ਗੁਜ਼ਾਰੀ ਹੁਣ ਕੌਣ ਕੌਣ ਲਾ ਜਾਵੇ ਤੇ ਕਿੱਥੇ ਜਾਏ ਅੱਛਾ ਉਹ ਇੱਕ ਮਲਖ ਹੀ ਹੋ ਰਹਾ ਅੱਛਾ ਚੇਤੇ ਆਉਂਦਾ ਹਜੇ ਵੀ ਬੜਾ ਅੱਛਾ ਦੱਸ ਦੇਖਣ ਨੂੰ ਦਿਲ ਕਰਦਾ ਵੈਸੇ ਬੜਾ ਦਿਲ ਕਰਦਾ ਅੱਛਾ ਕਹੀਏ ਉਹ ਉੱਤੇ ਹੁਣ ਕਿਵੇਂ ਜਾਈਏ ਉੱਥੇ ਜਾਣਾ ਤਾਂ ਔਖਾ ਤੇ ਜੇ ਆ ਵੀਡੀਓ ਤੇ ਤੁਹਾਨੂੰ ਦਿਖਾ ਦਈਏ ਤੇ ਅੱਲਾ ਦਾ ਹੁਕਮ ਹੋਵੇ ਤਾਂ ਨਾ ਤੇ ਇਹ ਰਿਆਏ ਆ ਮੁਸਲਮਾਨ ਜਿਹੜੇ ਲੋਕ ਆ ਉਹਨਾਂ ਠਾਕਰਾਂ ਦੇ ਹਾਂ ਉਹਨਾਂ ਦੇ ਰਿਆਏ ਉਹ ਤਾਂ ਆਉਣ ਨਹੀਂ ਦਿੰਦੇ ਆ ਅੱਛਾ ਹਾਂ ਨਹੀਂ ਆਉਣ ਉਹ ਕਿ ਮੁਸਲਮਾਨਾਂ ਨਾਲ ਉਹਨਾਂ ਦਾ ਤੇ ਪਿਆਰ ਇੰਨਾ ਸੀ ਬੜਾ ਪਿਆਰ ਸੀ ਅੱਛਾ ਹੁਣ ਹੀ ਜਿਹੜੇ ਮੁਸਲਮਾਨ ਪਏ ਹਾਂ ਬੜੇ ਉਹਨਾਂ ਨੂੰ ਰਕਬੇ ਜ਼ਮੀਨਾਂ ਹਾਂ ਹਾਂ ਮਿਲੀਆਂ ਰੱਖੇ ਦੇ ਉਹ ਠਾਕਰ ਜਿਹੜੇ ਸੀ ਉਹ ਤੁਹਾਡੇ ਨਾਲ ਫਰਕ ਤਾਂ ਨਹੀਂ ਸੀ ਕਰਦੇ ਵੀ ਇਹ ਮੁਸਲਮਾਨ ਆ ਤੇ ਤੰਗ ਤੁੰਗ ਅੱਛਾ ਬੜਾ ਪਿਆਰ ਰੱਖਦੇ ਐ ਅੱਛਾ ਅੱਛਾ ਰੋਹੀ ਦੀਆਂ ਕੰਡੂ ਕਾਲੀਆਂ ਮੇਰੀਆਂ ਦੁੱਖਾਂ ਕੰਨਾਂ ਦੀਆਂ ਵਾਲੀਆਂ ਵਾਹ ਅਸਾਂ ਰਾਤੀ ਦੁੱਖਾਂ ਦੀਆਂ ਡਾਲੀਆਂ ਇਹ ਹੁਣ ਬੋਲਾ ਨਹੀਂ ਜਾਂਦਾ ਨਹੀਂ ਤਾਂ ਮੈਂ ਤਾਂ ਡੋਲ ਦਿੱਤੇ ਜੁੰਮਰ ਖੇਡਣੀ ਤੇ ਦੌੜੇ ਕਰਨੇ ਵਾਹ ਖਾਜਾ ਸਾਹਿਬ ਦੇ ਵਾਹ ਜੀ ਵਾਹ ਹਾਂ ਅਸਲਾਮ ਵਾਲੇਕਮ ਬਾਬਾ ਜੀ ਵਾਲੇਕਮ ਸਲਾਮ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਹਾਲ ਕਿੱਥੇ ਪਿਸ਼ਾਬ ਦੀ ਲਾ ਤੇ ਅੱਛਾ ਆ ਤੇ ਪਿਸ਼ਾਬ ਨਹੀਂ ਸਹੀ ਆਂਦਾ ਪਿਸ਼ਾ ਉਮਰ ਕਿੰਨੀ ਹੋ ਗਈ ਬਾਬਾ ਜੀ ਉਮਰ ਸਾਰੇ ਹੋ ਗਈ ਕਿੰਨੀ ਹੋ ਗਈ ਮਾਸ਼ਾਅੱਲਾ ਹਾਂ ਕੀ ਪਤਾ ਹੈ ਇਹ ਜਦੋਂ ਆ ਗਦਰ ਪਿਆ ਜਾੜੇ ਪਏ ਆ 47 ਵਾਲੇ ਉਹ ਜਵਾਨ ਗੱਭਰੂ ਉਹ ਤਾਂ ਗੱਭਰੂ ਸੀ ਕਿੰਨੇ ਕੁ ਸਾਲਾਂ ਦੇ ਸੀ 40-50 ਸਾਲ ਮਾਸ਼ਾਅੱਲਾ ਮਾਸ਼ਾਅੱਲਾ ਅੱਲਾਹ ਤਾਲਾ ਸਿਹਤ ਸਲਾਮਤੀ ਦੇਵੇ ਜੀ ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਦੇਵੇ ਉਮਰ ਵੀ ਮਾਸ਼ਾਅੱਲਾ ਚੰਗੀ ਆ ਬੜੀ ਉਮਰ ਅੱਛਾ ਤੇ ਇਹ ਜੰਮਪਲ ਤੁਹਾਡਾ ਇੱਧਰ ਦਾ ਕਿ ਉੱਧਰ ਇੰਡੀਆ ਦਾ ਨਹੀਂ ਉੱਧਰ ਦਾ ਇੰਡੀਆ ਦਾ ਕਿਹੜੇ ਪਿੰਡ ਦਾ ਪਿੰਡ ਸਾਡਾ ਹਾਂ ਸਾਨੂੰ ਤਹਿਸੀਲ ਨੋਬਗੜ ਲੱਗਦੀ ਹੈ ਅੱਛਾ ਨੋਬਗੜ ਹਾਂ ਬੀਕਾਨੇਰ ਬੀਕਾਨੇਰ ਪਹਿਲਾਂ ਰਹਿ ਗਿਆ ਤਹਿਸੀਲ ਅਨੂਪਗੜ ਲੱਗਦੀ ਜ਼ਿਲ੍ਹਾ ਗੰਗਾ ਨਗਰ ਹਾਂ ਪਹਿਲਾਂ ਲੱਗਦੀ ਆਈ ਤਹਿਸੀਲ ਸੂਰਤਗੜ ਸੂਰਤਗੜ ਹਾਂ ਵੱਤ ਅਨੂਪਗੜ ਲੱਗਣ ਲੱਗ ਗਏ ਅੱਛਾ ਪਿੰਡ ਸਾਡਾ ਟੋਬੇ ਵੱਜਦੇ ਆ ਜਾਲ ਲਾ ਦਿੰਦੇ ਅੱਛਾ ਅੱਛਾ ਤੇ ਪੁਰਾਣਾ ਸ਼ਹਿਰ ਜਿਹੜਾ ਉਹ ਡੇਸਰੀ ਆਈ ਵਾਤ ਲਾਂਦੇ ਪਾਸੇ ਵਾਤ ਬਲੋਚ ਹਨ ਸਾਡੇ ਸ਼ਰੀਕ ਬਿਰਾ ਅੱਛਾ ਉਹ ਨਾਂਦਾ ਟੋਬਾ ਅੱਛਾ ਪਿੰਨੀ ਦੇ ਟੋਬੇ ਟੋਬੇ ਹੈ ਅੱਛਾ ਟੋਬੇ ਹੁੰਦੇ ਹੈ ਬਾਬਾ ਜੀ ਤੁਸੀਂ ਦੱਸਿਆ ਵੀ ਉਦੋਂ ਮਾਸ਼ਾਅੱਲਾ 40 ਸਾਲਾਂ ਦੇ ਸੀਗੇ ਤੁਸੀਂ ਤੇ ਸ਼ਾਦੀ ਤਾਂ ਫਿਰ ਹੋਈ ਹੋਣੀ ਉੱਥੇ ਹੀ ਹਾਂ ਵਿਆਹ ਹੋਇਆ ਸੀ ਸ਼ਾਦੀ ਹੋਈ ਸੀ ਉੱਥੇ ਹਾਂ ਪਿੰਡਿਆ ਸੀ ਹੋਈ ਅੱਛਾ ਤੇ ਉੱਥੇ ਬੱਚੇ ਕਿੰਨੇ ਸੀ ਤੁਹਾਡੇ ਉਦੋਂ ਉਹ ਬੱਚੇ ਤਾਂ ਬਾਬਾ ਅੱਲਾ ਦਿੱਤਿਆ ਚਾਰ ਅੱਛਾ ਤਿੰਨ ਅੱਲਾ ਲਾਇ ਲਾਇ ਇੱਕ ਦੋ ਦੋ ਸਾਲਾਂ ਦੇ ਤਿੰਨਾਂ ਤਿੰਨਾਂ ਦੇ ਹੋਦੇ ਅੱਛਾ ਤੇ ਲੈਲਾ ਕੀ ਕਰਦਾ ਹੈ ਲੈਲਾ ਵੀ ਬਾਬਾ ਪਿਆਰ ਕਰਦਾ ਤੇਰੇ ਨਾਲ ਅੱਛਾ ਅੱਛਾ ਉਹ ਜਿਹੜੇ ਬੱਚੇ ਸੀਗੇ ਤਿੰਨ ਉੱਥੇ ਹੀ ਫੌਤ ਹੋ ਗਏ ਸੀ ਹਾਂ ਅੱਛਾ ਬਾਅਦ ਤੇ ਚੌਥਾ ਜਿਹੜਾ ਇਹ ਵਰਿਆਮ ਖਾਂ ਇਹ ਇੱਕ ਅੱਛਾ ਉਹਦੇ ਹੁਣ ਖੈਰ ਦੇ 8 ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਵਾ ਤਾਂ ਅੱਗੂ ਹੀ ਨਾਂਦੇ ਇਹ ਉਹਨੇ 5 ਬਿਰਾਨ ਇਹ 5 ਜਨ ਅੱਛਾ
शादी बाबा किथे होई सी तेरी? शादी टोबे ते होई। उसे अपने टोबे ते ही? अच्छा, उसे जेड़ा तेरा अपना वसेब सी उसे दे विच ही होई सी? अच्छा अच्छा। ते जेड़ा मेरा प्यो आ ना, हाँ जी, ओ एक बड़ा सूरमा जवान परी आशिक आई हुंदे ते ਤੁਹਾਡੇ ਵਾਲ ਸਾਹਿਬ ਤੇ? ਹਾਂ। ਅੱਛਾ। ਹਾਂ, ਪਰੀ ਆਸ਼ਿਕ ਆਈ। ਹਾਂ, ਉਹ ਜਿਸਲੇ ਉਹ ਫੌਤ ਹੋ ਗਿਆ। ਹਾਂ, ਮਤ ਜਿਸਲੇ ਮੁਕਾਣਾ ਆਂਦੀਆਂ ਹਨ ਨਾ, ਉਹ ਪਰੀ ਕੋਠਾ ਨਹੀਂ ਛੱਡਦੀ ਆਈ ਸਾਡਾ। ਅੱਛਾ, ਤੇ ਮੈਂ ਉਹ ਪੀਰ ਸਾਡਾ ਪੀਰ ਦੱਸਦਾ। ਹਾਂ ਹਾਂ, ਬਈ ਮੁਕਾਣਾ ਆਂਦੀਆਂ ਹਨ, ਇਹ ਪਰੀ ਵਿੱਚ ਆਉਂਦੀ ਹੈ, ਕਾਲਾ ਬਾਣਾ ਹੁੰਦਾ। ਅੱਛਾ, ਕਾਲੇ ਕੱਪੜੇ ਹਨ, ਇਹ ਵਿੱਚ ਆਉਂਦੀ ਹੈ, ਖੇਤੇ ਰਹਿੰਦੀ ਹੈ। शाम ਮਾਂ ਬਣਾਈ ਰੱਖਦੀ ਆਈ, ਕਿਲੋ ਗਿਓ ਦਾ ਤੋਲ ਤੇ ਪੀ ਤੇ ਸੌਂਦਾ ਰੋਜ਼ਾਨਾ। ਰੋਜ਼ਾਨਾ ਮਾਸ਼ਾਅੱਲਾ, ਬੜਾ ਸੁਣ ਬਹੁਤ ਜੋੜ ਕੋਈ ਅੱਧਾ ਕਿਲੋ ਨਹੀਂ ਪੀ ਤੇ। ਬਾਬਾ ਜੀ ਤੁਸੀਂ ਵੀ ਫਿਰ ਪੀ ਲੈਂਦੇ ਸੀਗੇ? ਤੁਸੀਂ ਕਿੰਨਾ ਪੀ ਲੈਂਦੇ ਸੀ ਜਵਾਨੀ ਚ? ਕਿੰਨਾ ਪੀ ਲੈਂਦੇ ਹੁੰਦੇ ਸੀ? ਨਹੀਂ ਐਵੇਂ ਥੋੜਾ ਗਣਾ ਬਸ। ਅੱਛਾ, ਤੇ ਤੁਹਾਡਾ ਫਿਰ ਉਹ ਜਿਹੜਾ ਸੀਗਾ ਟੋਬਾ, ਉਹ 47 ਚ ਇੱਥੇ ਕਿਉਂ ਆ ਗਿਆ ਉੱਠ ਕੇ, ਜਦੋਂ ਸਾਰੇ ਹੀ ਉੱਥੇ ਮੁਸਲਮਾਨ ਹੀ ਬੈਠੇ ਸੀ, ਉਹ ਕਿਉਂ ਇੱਥੇ ਆ ਗਿਆ ਪਾਕਿਸਤਾਨ 'ਚ? ਬਸ ਕਈ ਆ ਗਏ, ਕਈ ਹਾਲੀ ਬੈਠੇ, ਹਾਲੇ ਵੀ ਬੈਠੇ। ਹਾਂ, ਸਾਡੇ ਸ਼ਰੀਕ ਬਿਰਾ ਬੜੇ ਬੈਠੇ ਨੇ। ਅੱਛਾ ਅੱਛਾ ਅੱਛਾ, ਆਉਂਦੇ ਨੇ ਪਰਮਟ ਤੇ, ਪਰਮਟ ਤੇ ਆਉਂਦੇ ਮਿਲ ਜਾਂਦੇ ਆ। ਬਾਬਾ ਜੀ ਨਾਂ ਕੀ ਤੁਹਾਡਾ? ਮੇਰਾ ਨਾਮ ਅਮਨ ਮਾਸ਼ਕ। ਤੇ ਤੁਹਾਡੇ ਅੱਬਾ ਜੀ ਦਾ? ਅਲਾ ਯਾਰ ਖਾਨ। ਤੇ ਦਾਦੇ ਦਾ? ਵਰਿਆਮ ਖਾਨ। ਵਰਿਆਮ ਖਾਨ, ਵਰਿਆਮ। ਅੱਛਾ ਅੱਛਾ, ਜਦੋਂ ਦੇਖਣਗੇ ਨਾ ਵੀ ਵਰਿਆਮ ਖਾਨ ਦਾ ਪੋਤਾ ਜਿਹੜਾ ਪਾਕਿਸਤਾਨ 'ਚ ਗਿਆ ਸੀ, ਉਹ ਬੈਠਾ ਗੱਲਾਂ ਕਰਦਾ, ਅਤੇ ਉਹ ਤੁਹਾਨੂੰ ਉਹ ਵੀ ਦੇਖਣਗੇ, ਅਤੇ ਤੁਹਾਡਾ ਨਹੀਂ ਦਿਲ ਕਰਦਾ ਵੀ ਉਹ ਟੋਬਾ ਜਾ ਕੇ ਦੇਖੋ ਜਿੱਥੇ ਸ਼ਾਦੀ ਹੋਈ, ਜਿੱਥੇ ਤੁਸੀਂ ਜਵਾਨੀ ਗੁਜ਼ਾਰੀ? ਅੱਛਾ, ਅੱਛਾ, ਚੇਤੇ ਆਉਂਦਾ ਹਜੇ ਵੀ? ਬੜਾ। ਅੱਛਾ, ਦੇਖਣ ਨੂੰ ਦਿਲ ਕਰਦਾ ਵੈਸੇ? ਬੜਾ ਦਿਲ ਕਰਦਾ। ਅੱਛਾ, ਕਈਆਂ ਉੱਥੇ ਹੁਣ ਕਿਵੇਂ ਜਾਈਏ? ਉੱਥੇ ਜਾਣਾ ਤਾਂ ਔਖਾ, ਤੇ ਜੇ ਆ ਵੀਡੀਓ ਤੇ ਤੁਹਾਨੂੰ ਦਿਖਾ ਦਈਏ ਤੇ? ਅੱਲਾ ਦਾ ਹੁਕਮ ਹੋਵੇ ਤਾਂ ਤੇ ਬੰਦਾ ਅਰਣ ਜ਼ਿੰਦਗੀ ਦੇ ਕਿਤਨਾ ਦੇਵੇ, ਅੱਲਾ ਤਾਲਾ ਜ਼ਿੰਦਗੀ ਦੇਵੇ, ਸਿਹਤ ਸਲਾਮਤੀ ਦੇਵੇ। ਤੇ ਜਦੋਂ ਬਾਬਾ ਜੀ ਫਿਰ ਤੁਸੀਂ ਉੱਥੋਂ ਆਏ ਸੀਗੇ ਇੱਧਰ ਉੱਠ ਕੇ, ਤੇ ਉਦੋਂ ਕਿੱਦਾਂ ਕਿੱਦਾਂ ਇੱਥੇ ਆਏ, ਤੇ ਕਿੱਥੋਂ ਕਿੱਥੋਂ ਦੀ ਤੁਹਾਡਾ ਕਾਫਲਾ ਆਇਆ ਸੀ? ਅਸੀਂ ਚੌਂਕੀ ਤੇ ਆਇਆ, 439 ਚੱਕ ਕੇ ਉੱਥੇ ਵੱਸੇ ਆ ਫੋਟਾਬਾਸ 'ਚ। ਹਾਂ, ਫੋਟਾਬਾਸ ਲੱਗਾ। ਹਾਂ ਹਾਂ, ਮੋੜ ਝੂਠੇ ਆ ਤੇ ਬੰਗਲੇ ਆ ਤੇ ਇੱਥੇ ਦੁਕਾਨਾਂ ਹੀ ਲਈਆਂ ਤੇ ਇੱਥੇ ਆ ਤੇ ਆਪੇ ਕਾਨੂੰਨੀ ਆਜ਼ਾਦ ਤੇ ਬੱਲੇ ਨੇ। ਅੱਛਾ, ਇੱਥੇ ਵੱਸਦੇ ਬੰਗਲੇ ਦੇ ਵਿੱਚ ਤੇ ਮਲਖਾ ਬਾਬਾ ਵੱਸਦਾ। ਤੇ ਉੱਥੋਂ ਫਿਰ ਖੈਰੀ ਸਲਾਮਤੀ ਆ ਗਿਆ ਸੀ ਸਾਰੇ ਹੀ? ਖੈਰੀ ਮੈਨੇ। ਅੱਛਾ, ਉਹ ਜਿਹੜੇ ਉਹ ਠਾਕਰ ਆਏ ਨਾ, ਚਾਰ ਚਾਰ ਪੰਜ ਪੰਜ ਉਹਨਾਂ ਦੇ ਸ਼ਹਿਰ ਆਏ, ਹਿੰਦੂ ਠਾਕਰ ਆਏ ਤੇ ਇਹ ਰਿਆਏ ਆਏ ਮੁਸਲਮਾਨ ਜਿਹੜੇ ਲੋਕ ਆਏ ਉਹਨਾਂ ਠਾਕਰਾਂ ਦੇ। ਹਾਂ, ਉਹਨਾਂ ਦੇ ਰਿਆਏ, ਉਹ ਤਾਂ ਆਉਣ ਨਹੀਂ ਦਿੰਦੇ ਆਏ। ਅੱਛਾ, ਹਾਂ, ਨਹੀਂ ਆਉਣ ਉਹ ਕਿ ਮੁਸਲਮਾਨਾਂ ਨਾਲ ਉਹਨਾਂ ਦਾ ਤੇ ਪਿਆਰ ਇੰਨਾ ਸੀ, ਬੜਾ ਪਿਆਰ ਸੀ। ਅੱਛਾ, ਹੋਣੀ ਜਿਹੜੇ ਮੁਸਲਮਾਨ ਪਏ, ਹਾਂ, ਬੜੇ ਉਹਨਾਂ ਨੂੰ ਰਕਬੇ ਜ਼ਮੀਨਾਂ, ਹਾਂ ਹਾਂ, ਮਿਲੀਆਂ ਇੱਥੇ ਤੇ ਪਏ ਲੱਲਾ। ਤੇ ਉਹ ਠਾਕਰ ਜਿਹੜੇ ਸੀ ਉਹ ਤੁਹਾਡੇ ਨਾਲ ਫਰਕ ਤਾਂ ਨਹੀਂ ਸੀ ਕਰਦੇ ਵੀ ਇਹ ਮੁਸਲਮਾਨ ਆ ਤੇ ਤੰਗ ਤੁੰਗ ਕਰੀਏ? ਤਵਾ ਤਵਾ। ਅੱਛਾ, ਉਹ ਬੜਾ ਪਿਆਰ ਰੱਖਦੇ ਐ। ਅੱਛਾ, ਕੀ ਵੇਖਦੇ ਬਾਬਾ ਜੀ? ਉਮਰ ਤੇਰੀ। ਅੱਛਾ, ਦੇਖੋ, ਚਲੋ ਉਮਰ ਵੀ ਦੇਖ ਲਓ। ਤੇ ਮੇਰੀ ਹਾਲੀ ਵੇ, ਨਹੀਂ ਤੁਹਾਡੀਆਂ ਲਕੀਰਾਂ ਗਹਿਰੀਆਂ ਬਾਬਾ ਜੀ। ਸ਼ਾਦੀਆਂ ਦੋ ਹੋਈਆਂ ਨੇ ਬਾਬਾ ਜੀ, ਇੱਕੋ ਹੀ ਆ ਤੇ ਅੱਲਾ ਤਾਲਾ ਇਹ ਸਲਾਮਤ ਰੱਖੇ। ਤੇ ਦੱਸ ਦੇ ਮੈਨੂੰ ਸਾਰੇ ਹੀ ਇਹ ਆ ਵੀ ਤੇਰੀਆਂ ਦੋ ਹੋਣੀਆਂ ਕਲਾਮਾਂ ਦੋ ਲਿਖੀਆਂ ਹੋਈਆਂ।
चेता आ जांदा जिन्हां नाल उत्थे खेडदे रहे बचपन दे विच ख्वाब च उत्थे पहुंच जांदे अच्छा ते उत्थे जा के फिर की करदे आ बरयानी खेत रवांदे से अच्छा बेड़ा गाई डाटियां माल होंदे बड़े अच्छा हां एक दूध कित्थे बिकदे उत्थे दूध शुद्ध नहीं रिड़कदियां किराड़ हिंदू आंदे है ओ घ्यो लाए जांदे है घ्यो बेचदे हुंदे हां मुल्ल की भाव हुंदा सी घ्यो दा उहनां नूं घ्यो ही सस्ते है पांच रुपये किलो बिकदा वाह जी वाह देसी घ्यो हां देसी घ्यो ते हुण डाल्टा जेड़ा 600 नूं हो गया ओए सिट्टां दे पोछ अल्लाह माफी दे दे ਹੋਰ ਬਾਬਾ ਜੀ ਉੱਥੇ ਦੀਆਂ ਕੋਈ ਗੱਲਾਂ ਸੁਣਾਓ ਕੋਈ ਮੇਲੇ ਮੂਲੇ ਵੀ ਲੱਗਦੇ ਹੁੰਦੇ ਸੀ ਹਾਂ ਕਿੱਥੇ ਲੱਗਦਾ ਹੁੰਦਾ ਸੀ ਮੇਲਾ ਮੇਲਾ ਲੱਗਦਾ ਸੂਰਤਗੜ੍ਹ ਲੱਗਦਾ ਸੂਰਤਗੜ੍ਹ ਹਾਂ ਜਾਂਦੇ ਹੁੰਦੇ ਸੀ ਤੁਸੀਂ ਵੀ ਹਾਂ ਜਾਂਦੇ ਲੋਕ ਬੜੇ ਅੱਛਾ ਉੱਥੇ ਜਾਂਦੇ ਹੁੰਦੇ ਤੇ ਮੇਲੇ ਤੇ ਫਿਰ ਕਿੱਦਾਂ ਦੇ ਸ਼ੁਗਲ ਹੁੰਦੇ ਸੀ ਉੱਥੇ ਉਹ ਬੜੇ ਸ਼ੁਗਲ ਹੁੰਦੇ ਕੁਸ਼ਤੀਆਂ ਹੁੰਦੀਆਂ ਅੱਛਾ ਪਹਿਲਵਾਨ ਲੜਦੇ ਹੈ ਤੇ ਬੜੇ ਕਈ ਰੰਗ ਅੱਲਾ ਦੇ ਹੁੰਦੇ ਆ ਕੰਜਰੀਆਂ ਗਾਉਂਦੀਆਂ ਨੱਚਦੀਆਂ ਇੱਕ ਜਿੰਦੀ ਜਿੰਦੀ ਕੰਜਰੀ ਉਹ ਗੁਜ਼ਰੀ ਅੱਛਾ ਹਾਂ ਉਹ ਰੋਹੀ ਆਖਦੀ ਆਈ ਰੋਹੀ ਅਜਬ ਬਹਾਰ ਵਸੇ ਅੱਛਾ ਜੇਠ ਮੈਂ ਤੱਤੀ ਦਾ ਯਾਰ ਵਸੇ ਵਾਹ ਉੱਥੇ ਉੱਥੇ ਲੱਖਾਂ ਤੇ ਹਜ਼ਾਰ ਤਸੇ ਇਹ ਮਤਲਬ ਆ ਵੀ ਤੁਸੀਂ ਇਹ ਅੱਜ ਤੋਂ ਕਹਿ ਲਓ ਵੀ ਕੋਈ 70-80 ਸਾਲ ਪਹਿਲੇ ਦਾ ਸੁਣਿਆ ਆ ਹਜੇ ਵੀ ਚੇਤੇ ਆ ਰੋਹੀ ਜਾਂਦਾ ਗਾਂਧੀ ਗਾਂਧੀ ਬੜੀ ਆਈ ਅੱਛਾ ਹਾਂ ਰੋਹੀ ਬੜੀ ਗਾਂਧੀ ਆਈ ਅੱਛਾ ਰੋਹੀ ਦੀਆਂ ਕੰਡੂ ਕਾਲੀਆਂ ਮੇਰੀਆਂ ਦੁੱਖਾਂ ਕੰਨਾਂ ਦੀਆਂ ਵਾਲੀਆਂ ਵਾਹ ਅਸਾਂ ਰਾਤ ਦੁੱਖਾਂ ਨਹੀਂ ਡਾਲੀਆਂ ਇਹ ਹੁਣ ਬੋਲਾ ਨਹੀਂ ਜਾਂਦਾ ਨਹੀਂ ਤਾਂ ਮੈਂ ਤਾਂ ਡੋਲ ਦਿੱਤੇ ਜੁੰਮਰ ਖੇਡਣੀ ਤੇ ਦੌੜੇ ਕਰਨੇ ਵਾਹ ਖਾਜਾ ਸਾਹਿਬ ਦੇ ਵਾਹ ਜੀ ਵਾਹ ਹਾਂ ਤੇ ਇੱਕ ਫਿਰ ਗਜ਼ਲਾਂ ਆਲਾਮ ਨਹੀਂ ਆ ਬੋਡੀ ਇੱਥਾਂ ਜਾਣ ਪਈ ਏ ਡੂੰਡਾ ਮਾ ਸ਼ਹਿਰ ਬਾਜ਼ਾਰ ਬੋਡੀ ਇੱਥਾਂ ਜਾਣ ਪਈ ਕਈ ਗਾਮਣੇ ਆਉਂਦੇ ਆ ਲੋਕਾਂ ਦੇ ਉਹਨੇ ਗਲਾ ਖਰਾਬ ਹੋਇਆ ਹਨਾ ਹਾਂ ਸੰਜੂ ਸਾਹਿਬ ਖਰਾਬ ਖਤਮ ਹੋ ਗਏ ਅੱਛਾ ਇਹ ਬਾਬਾ ਜਿਹੜੇ ਉੱਥੇ ਰਹਿੰਦੇ ਤੁਹਾਡੇ ਰਿਸ਼ਤੇਦਾਰ ਹਾਂ ਉਹਨਾਂ ਨਾਲ ਜਦੋਂ ਇੱਥੇ ਮਿਲਣ ਆਉਂਦੇ ਆ ਤੇ ਆ ਕੇ ਫਿਰ ਦੱਸਦੇ ਆ ਵੀ ਤੁਹਾਡਾ ਇਲਾਕਾ ਕਿੱਦਾਂ ਦਾ ਉਦਾਂ ਦਾ ਹੀ ਆ ਕਿ ਅੱਗੇ ਨਾਲੋਂ ਬਦਲ ਗਿਆ ਗੱਲਾਂ ਗੁੱਲਾਂ ਤਾਂ ਕਰਦੇ ਹੋਣੇ ਉਹ ਬੜੇ ਉਹ ਮੁਲਕ ਵਸਦਾ ਹੈ ਹੁਣ ਬੜਾ ਕੇ ਅੱਛਾ ਹਾਂ ਬੜੀਆਂ ਆਬਾਦੀਆਂ ਤੇ ਬੜੇ ਕਾਰੋਬਾਰ ਹੈ ਇੱਥੇ ਦੁਨੀਆਂ ਦੇ ਸਿਲਸਿਲੇ ਤੁਹਾਡਾ ਦਿਲ ਨੀ ਕੀਤਾ ਦੁਬਾਰਾ ਵੀ ਮੈਂ ਉੱਥੇ ਜਾਵਾਂ ਪਰਮਿਟ ਬਣਾ ਕੇ ਦੇਖ ਕੇ ਆਵਾਂ ਕੋਈ ਨੀ ਬਿਰਾਵਾ ਬਸ ਗਏ ਅੱਲਾਹ ਦਾ ਹੁਕਮ ਹੋਵੇ ਤਾਂ ਦਿਲ ਤਾਂ ਕਰਦਾ ਅੱਛਾ ਅੱਲਾਹ ਦਾ ਹੁਕਮ ਹੋਵੇ ਤਾਂ ਬੰਦਾ ਜਾਵੇ ਅਸੀਂ ਤਿੰਨ ਜਣੇ ਆਸੇ ਤੇ ਇੰਡੀਆ ਚ ਜਾ ਚੋਰੀ ਕੀਤੀ ਅੱਛਾ ਗੱਭਰੂ ਜਵਾਨ ਅਸੀਂ ਅੱਛਾ ਤੇ ਗਾਈ ਚੁਰਾਉਣ ਦੀਆਂ ਅਲੱਗ ਅਲੱਗ ਹਿੰਦੂਆਂ ਦੀਆਂ ਕਿ ਮੁਸਲਮਾਨਾਂ ਦੀਆਂ ਅੱਛਾ ਇਹ ਪਤਾ ਨਹੀਂ ਅੱਛਾ ਮੈਂ ਅਗਲ ਦੇ ਇੱਥੇ ਰਾਤੀ ਸੁੱਤਾ ਪਿਆ ਖਾਦ ਦੇ ਵਿੱਚ ਇੱਕ ਬੱਗੀ ਡਾੜੀ ਹੈ ਬੰਦਾ ਹੈ ਉਹ ਆਖਦਾ ਯਾਰ ਜਿਹੜੀਆਂ ਗਾਈ ਚੁਰਾਉਣ ਦੀਆਂ ਨੇ ਉਹ ਤਾਂ ਸਾਈਆਂ ਨੂੰ ਦਿਓ ਅੱਛਾ ਮੈਂ ਕਹਿ ਉੱਠਾ ਅੱਛਾ ਪਰੇਸ਼ਾਨ ਬੜਾ ਅਜੀ ਮੈਂ ਦੇਖੋ ਨਾ ਕਿਸੇ ਦਾ ਹੱਕ ਖਾਉਣਾ ਬੜਾ ਤੇ ਦੁੱਖ ਆਇਆ ਫਿਰ ਹਨਾ ਬਾਬਾ ਜੀ ਬੜੀ ਗੱਲ ਆ ਜਿਹੜਾ ਤੁਸੀਂ ਉਦੋਂ ਦਾ ਚੇਤਾ ਕਰਕੇ ਤੇ ਹੁਣ ਵੀ ਤੁਹਾਨੂੰ ਦੁੱਖ ਆਇਆ ਤੇ ਅੱਲਾਹ ਤਾਲਾ ਕੋਲ ਉਸ ਕੀਤੇ ਦੀ ਮਾਫੀ ਮੰਗਦੇ ਆ ਤੇ ਅੱਲਾਹ ਤਾਲਾ ਦੀ ਜ਼ਾਤ ਦੇ ਜਿਹੜਾ ਮਾਫੀ ਦੇ ਦਰਵਾਜ਼ੇ ਹਰ ਵੇਲੇ ਹੀ ਖੁੱਲੇ ਆ ਹਾਂ ਤੇ ਤੁਹਾਨੂੰ ਦੁੱਖ ਤਾਂ ਹੈ ਨਾ ਵੀ ਅਸੀਂ ਉਹਨਾਂ ਦਾ ਨੁਕਸਾਨ ਕੀਤਾ
जमाने लगते है उन्ना बेचारे 16 साल चराइया मोड़ सबंडिया हो गई फिर 16 साल बाद बाबा जी बहुत मेहरबानी जी अल्लाह ताला तानू सेहत सलामती दे तंदुरुस्ती दे सुन के अपने राबता करन तो फिर टोबा जेड़ा ना ए मोबाइल ते ही दिखा दांगे आपां फिर राजी हो जाओगे ना है ठीक है जी ठीक है प्यारे पंजाबी वीरो जी बुजुर्गों नाल साडी अज दी गल बात फिर मिलांगे एक नवी वीडियो उदों तक लई इजाजत अल्लाह हाफिज़।